ਇਲਾਕਾ ਵੇਰਕਾ ਦੇ ਬੰਟੀ ਟਾਇਰਾਂ ਵਾਲੇ ਦੇ ਵੱਲੋਂ ਵੱਖ ਵੱਖ ਪਾਰਟੀਆਂ ਦੇ ਵੱਲੋਂ ਕਰਨ ਵੇਰਕਾ ਦੇ ਖਿਲਾਫ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਰਨ ਵੇਰਕਾ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਮੰਗ ਕੀਤੀ ਕਿ ਮੈਡਮ SHO ਜੀ ਨੂੰ ਵੇਰਕਾ ਥਾਣੇ ਤੋਂ ਬਦਲੀ ਨਾ ਕੀਤਾ ਜਾਵੇ ਅਤੇ ਉਹਨਾਂ ਨੇ ਕਿਹਾ ਕਿ ਜਦ ਤੋਂ ਮੈਡਮ ਜੀ ਵੇਰਕਾ ਥਾਣੇ ਵਿੱਚ ਆਏ ਹਨ ਵੇਰਕੇ ਦੇ ਵਿੱਚ ਨਸ਼ਿਆਂ ਨੂੰ ਬਹੁਤ ਠੱਲ ਪੈ ਗਈ ਹੈ ਅਤੇ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਡਮ ਦੀ ਵੇਰਕੇ ਥਾਣੇ ਤੋਂ ਬਦਲੀ ਕਰਵਾਈ ਜਾਵੇ ਤਾਂ ਜੋ ਨਸ਼ੇ ਦੇ ਧੰਦੇ ਚੱਲਦੇ ਰਹਿਣ। ਖਬਰ ਅੱਜ ਤੱਕ ਤੋਂ ਮਧੂ ਰਾਜਪੂਤ ਦੀ ਖਾਸ ਰਿਪੋਰਟ। ਇਹ ਮਸਲਾ ਜੀ ਵੇਖੋ, ਅਸੀਂ ਤਾਂ ਜਿਹੜੇ ਹੋਰ ਵੀ ਇੱਥੇ ਆਏ ਆ ਜਿਨ੍ਹਾਂ ਨੇ ਦੱਸਿਆ ਵੀ ਸਾਨੂੰ ਵੀ ਆਹ ਮੁਸ਼ਕਲਾਂ ਵਾ, ਅਤੇ ਜਿਹੜਾ ਕਰਨ ਵੇਰਕੇ ਬਾਰੇ ਲੋਕ ਇੱਥੇ ਸ਼ਿਕਾਇਤ ਕਰਦੇ ਵੇਰਕੇ ਦੇ ਵਿੱਚ ਵੀ ਇਹ ਜਿਹੜਾ ਰਾਜੀਨਾਮੇ ਦੇ ਲੋਕਾਂ ਕੋਲ ਪੈਸੇ ਲੈਂਦਾ, ਹੋਰ ਵੀ ਤੁਹਾਡੇ ਸਾਹਮਣੇ ਇੱਥੇ ਪਾਰਟੀ ਆਈ ਜਿਹਨੇ ਦੱਸਿਆ 10,000 ਰੁਪਇਆ ਲਿਆ ਵਾ, ਅਤੇ ਸਾਡੇ ਵੱਲੋਂ ਜਿਹੜਾ ਅਸੀਂ ਆਏ ਹਾਂ, ਮੈਂ ਭਗਵਾਨ ਵਾਲਮੀਕ ਸੰਘਰਸ਼ ਦਲ ਦਾ ਪੰਜਾਬ ਪ੍ਰਧਾਨ ਆ, ਅਸੀਂ ਆਏ ਹਾਂ ਮਨਜਿੰਦਰ ਵੇਰਕੇ ਨੇ ਸਾਡੇ ਸੰਪਰਕ ਕੀਤਾ ਵਾ, ਇਸ ਮੇਰੇ ਕੋਲ 50,000 ਰੁਪਇਆ ਸਾਡੇ ਕੋਲ ਲੈ ਲਿਆ ਵਾ ਕਰਨ ਵੇਰਕੇ ਨੇ, ਇਹ ਰਾਜੀਨਾਮੇ ਦਾ ਵੀ ਉਹਦੇ ਉੱਤੇ ਕੋਈ ਇਹਨਾਂ ਝੂਠਾ ਝਗੜੇ ਦਾ ਕੋਈ ਕੇਸ ਕੂਸ ਪਵਾ ਕੇ ਅਤੇ ਉਹਦੇ ਕੋਲ 50,000 ਰੁਪਇਆ ਲੈ ਕੇ ਅਤੇ ਐਫੀਡੇਵਿਟ ਅਤੇ ਸਭ ਕੋਲ ਰਾਜੀਨਾਮਾ ਹੋ ਗਿਆ, ਹੁਣ ਦੂਜੀ ਪਾਰਟੀ ਨੂੰ ਮੁਕਰਾ ਦਿੱਤਾ ਵਾ ਅਤੇ ਹੁਣ ਹੋਰ ਪੈਸੇ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ। ਕਾਹਦੇ ਪੈਸੇ ਡਿਮਾਂਡ ਕੀਤੀ ਗਈ, ਪੁਲਿਸ ਨੂੰ ਦੇਣੇ ਕਿ ਜਾਣੇ ਆਪ ਰੱਖਣੇ? ਵੇਖੋ ਜੀ, ਇਹਨੇ ਜਾਂ ਪੁਲਿਸ ਨੂੰ ਕਿਹਾ ਹੋਊਗਾ ਜਾਂ ਦੂਜੀ ਪਾਰਟੀ ਨੂੰ ਕਿਹਾ ਹੋਊਗਾ ਜਿਨ੍ਹਾਂ ਨੇ ਝਗੜਾ ਵਾ, ਵੀ ਮੇਨ ਉਹਨਾਂ ਜਿਹੜੇ ਪੈਸੇ ਦਿੱਤੇ ਆ ਆਪਣਾ ਮਨਜਿੰਦਰ ਹੋਣਾ ਨੇ, ਉਹਨੇ ਇਹ ਕਹਿਤਾ ਵੀ ਅਸੀਂ ਜਿਹੜਾ ਕਰਨ ਵੇਰਕਾ ਉਹਨੂੰ ਪੈਸਾ ਦਿੱਤੇ 50,000 ਰੁਪਇਆ, ਹੁਣ ਉਹਨੇ ਅਗਲੀ ਪਾਰਟੀ ਨੂੰ ਦੇਣੇ ਜਾਂ ਪੁਲਿਸ ਨੂੰ ਦੇਣੇ ਜਾਂ ਉਹਨੇ ਆਪ ਰੱਖਣੇ, ਇਸ ਗੱਲ ਦਾ ਉਸ ਬੰਦੇ ਨੂੰ ਪਤਾ ਹੋਊਗਾ। ਉਸ ਬੰਦੇ ਵੇਖੋ ਝਗੜਾ ਆਇਆ ਵਾ ਇੱਥੇ ਕੋਈ ਵੇਰਕੇ ਦੇ ਵਿੱਚ, ਉਹ ਮਨਜਿੰਦਰ ਹੋਣਾ ਦੇ ਨੇ ਝੂਠਾ ਕੋਈ ਕੇਸ ਪਾਇਆ, ਪਿਸਤੌਲ ਦਾ ਵੀ ਗੋਲੀ ਗਾਲੀ ਚਲਾਈ ਆ, ਕੋਈ ਝੂਠਾ ਪਰਚਾ ਕਰਾ ਕੇ, ਅਤੇ ਉਹਨਾਂ ਹੋਰ ਵੀ ਮਸਲੇ ਇੱਥੇ ਦੱਸੇ ਲੋਕਾਂ ਨੇ ਕਿ ਉਹਦੇ ਵਿੱਚ ਇਹਨੇ ਫਿਰ ਰਾਜੀਨਾਮਾ ਦੂਜੀ ਪਾਰਟੀ ਨਾਲ ਕਰਾ ਦਿੱਤਾ ਵਾ, 50,000 ਰੁਪਇਆ ਲੈ ਕੇ ਲਿਖਤੀ ਉਹਨਾਂ ਕੋਲ ਹੈਗਾ ਵਾ, ਮੈਡਮ ਦੇ ਦਫ਼ਤਰੇ ਬਹਿ ਕੇ ਵੀ ਰਾਜੀਨਾਮਾ ਹੋਇਆ, ਸਭ ਕੁਝ ਲਿਖਤੀ ਹੋਇਆ, ਇਹਦੇ ਕਰਨ ਜਿਹੜਾ ਕਰਨ ਵੇਰਕਾ ਇਹਦੇ ਸਾਈਨ ਵੀ ਉਹ ਰਾਜੀਨਾਮੇ ਦੇ ਉੱਤੇ ਐਫੀਡੇਵਿਟ ਦੇ ਹੈਗੇ। ਦੂਜੀ ਪਾਰਟੀ ਵੀ ਇੱਥੋਂ ਵੇਰਕੇ ਦੀ ਜੀ। ਮੈਡਮ ਦਾ ਨਾਮ? ਹਾਂਜੀ ਮੈਡਮ ਦਾ ਨਾਮ ਨਹੀਂ, ਮੈਡਮ ਜੀ ਤੁਹਾਡੇ ਸਵਾਲ ਕਿਤੇ MLA ਆ, ਮੈਡਮ ਉਹਦੇ ਦਫ਼ਤਰ ਦੇ ਵਿੱਚ ਵੀ ਬਹਿ ਕੇ ਆਉਂਦੇ ਵੀ MLA ਸਾਹਿਬ ਨੇ ਉਹਨੇ ਕਿਉਂਕਿ ਉਹਨੇ ਤਾਂ ਸੱਦਿਆ ਮੈਡਮ ਨੇ ਵੀ ਉਹ ਇਹ ਲੈਂਦਾ ਵੀ ਨਾਂ ਲੈਂਦਾ ਵੀ ਮੈਂ ਜਿਹੜਾ ਵਾ ਵੀ ਮੋਦਵਾ ਰਿਹਾ ਇਹ ਆਪਣੇ ਇਹ ਪਾਰਟੀ ਦਾ, ਆਮ ਆਦਮੀ ਪਾਰਟੀ ਦਾ, ਇਹ ਕਰਕੇ ਇਹਨਾਂ ਮੈਡਮ ਕੋਲ ਵੀ ਗਏ ਹੋਣੇ ਵੀ ਸਾਡੇ ਨਾਲ ਧੱਕਾ ਹੁੰਦਾ, ਅਤੇ ਮੈਡਮ ਨੇ ਕਿਹਾ ਹੋਣਾ ਵੀ ਚਲੋ ਜੋ ਜੇ ਇਹਨਾਂ ਦਾ ਸਹੀ ਕਰਵਾ ਦੇ, ਅਤੇ ਉਹਨੇ ਫਿਰ ਪੈਸੇ ਲੈ ਕੇ ਅਤੇ ਰਾਜੀਨਾਮਾ ਕਰਾ ਦਿੱਤਾ, ਪਰ ਹੁਣ ਉਹ ਜਿਹੜਾ ਦੂਜੀ ਪਾਰਟੀ ਨੇ ਇਹਨੇ ਮੁਕਰਾ ਦਿੱਤਾ ਵਾ ਅਤੇ ਹੁਣ ਹੋਰ ਪੈਸੇ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ। ਮੈਡਮ ਜੀਵਨਜੋਤ ਕੌਰ ਜਿਹੜੀ MLA ਇੱਥੋਂ, ਮੰਗ ਵੇਖੋ ਜੀ ਇਹ ਆ ਵੀ ਜੇ ਉਹ ਬੰਦੇ ਨੇ ਪੈਸੇ ਲੈ ਕੇ ਰਾਜੀਨਾਮਾ ਕਰਾ ਦਿੱਤਾ ਫਿਰ ਦੂਜੀ ਪਾਰਟੀ ਨੂੰ ਮੁਕਰਾਉਣ ਦਿਆ ਵਾ, ਉਹ ਸਰਾਸਰ 420 ਡਿਆ ਉਹ ਬੰਦਾ ਕਰਨ, ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਜਿਹੜੇ ਸਾਡੀ ਪਾਰਟੀ ਆ ਮਨਜਿੰਦਰ ਵੇਰਕਾ ਇਹਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਮਨਜਿੰਦਰ ਸਿੰਘ ਨੂੰ। ਕਿੰਨੇ ਪੈਸੇ ਦੀ ਮੰਗ ਕਰਨ ਦਿਆ? ਵੇਖੋ 50,000 ਉਹਨੇ ਲੈ ਲਿਆ ਪਹਿਲਾਂ, ਹੁਣ ਹੋਰ ਪੈਸਿਆਂ ਦੀ ਮੰਗ ਕਰਦਾ ਵੀ ਸਾਨੂੰ ਹੋਰ ਮੈਂ ਪਾਰਟੀ ਨਾਲ ਗੱਲ ਕਰਦਾ। ਜਿੱਦਾਂ ਵੇਖੋ ਜਿੱਦਾਂ ਪੁਲਿਸ ਦੇ ਦਲਾਲ ਕਰਦੇ ਹੁੰਦੇ ਆ ਵੀ ਹੋਰ ਪੈਸਿਆਂ ਦੀ ਮੰਗ ਕਰਦਾ ਜੀ, ਮੈਂ ਅਗਲੀ ਪਾਰਟੀ ਨਾਲ ਗੱਲ ਕਰਦਾ ਵਾਂ, ਮੈਂ ਪੁਲਿਸ ਨਾਲ ਗੱਲ ਕਰਕੇ ਤੁਸੀਂ ਹੋਰ ਪੈਸੇ ਪ੍ਰਬੰਧ ਕਰੋ ਅਤੇ ਮੈਂ ਤੁਹਾਡਾ ਰਾਜੀਨਾਮਾ, ਜੋ ਰਾਜੀਨਾਮਾ ਤਾਂ ਹੋ ਚੁੱਕਿਆ ਬਕਾਇਦਾ, ਆਪਾਂ ਐਫੀਡੇਵਿਟ ਬਣਿਆ ਸਾਈਨ ਹੋ ਚੁੱਕੇ ਆ, ਰਾਜੀਨਾਮਾ ਤਾਂ ਹੋ ਗਿਆ ਵਾ, ਇਹਨੇ ਪੈਸੇ ਲੈ ਕਰਾ ਵੀ ਦਿੱਤਾ, ਪਰ ਬੰਦੇ ਦਾ ਲਾਲਚ ਵੱਧ ਗਿਆ ਵੀ ਜਿੱਦਾਂ ਵੀ ਮੈਂ ਹੋਰ ਪੈਸੇ ਲੈ ਕੇ ਇਹਨਾਂ ਕੋਲ ਲੈ ਲਾਂ, ਜੇ ਇਹਨਾਂ 50,000 ਦੇ ਦਿੱਤਾ ਤਾਂ ਹੋ ਸਕਦਾ ਹੋਰ ਪੈਸੇ ਮੈਨੂੰ ਦੇ ਦੇਣ। ਕੀ ਮੰਗ ਕਰਦੇ ਹੋ? ਵੇਖੋ ਮੰਗ ਕਰਦੇ ਆ ਵੀ ਉਸ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਜੇ ਬੰਦੇ ਨੇ ਕਿਸੇ ਉਹਨਾਂ ਨੂੰ ਪਰੇਸ਼ਾਨ ਡਿਆ ਕਰਨੇ, ਆਪਣੇ ਪੈਸੇ ਵੀ ਲੈ ਲਏ, ਰਾਜੀਨਾਮਾ ਕਰਾ ਦਿੱਤਾ ਫਿਰ ਬੰਦਿਆਂ ਨੂੰ ਕਰਾ ਦਿੱਤਾ ਉਹਨੇ, ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ, ਅਤੇ ਇਹਨਾਂ ਬੰਦੇ ਜਿਹੜੇ ਸਾਡੀ ਪਾਰਟੀ ਆ ਮਨਜਿੰਦਰ ਸਿੰਘ ਜਿਹੜੇ ਮੇਰੇ ਕੋਲ ਆਏ ਆ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ। ਲੋੜ ਵੇਖੋ ਜਿਹੜੀ ਮੌਜੂਦਾ ਸਰਕਾਰ ਹੁੰਦੀ ਨਾ, ਜਿਹੜੇ ਬੰਦੇ ਆਪਣੇ ਆਪ ਨੂੰ ਉਸ ਪਾਰਟੀ ਦੇ ਮੋਹਦਵਾਰ ਦੱਸਦੇ ਆ, ਉਹ ਤੁਹਾਨੂੰ ਪਤਾ ਹੀ ਆ ਪਿੱਛੇ ਵੀ ਜੋ ਅਕਾਲੀ ਸਰਕਾਰ ਰਹੀ ਆ ਜਾਂ ਕਾਂਗਰਸ ਰਹੀ ਆ ਜਾਂ ਆਮ ਆਦਮੀ, ਹੁਣ ਆਮ ਆਦਮੀ ਪਾਰਟੀ ਆ, ਕਿ ਜਿਹੜੇ ਪਾਰਟੀ ਦੇ ਜਿਹੜੇ ਆਪਣੇ ਆਪ ਨੂੰ ਮੋਹਦਵਾਰ ਕਹਿੰਦੇ ਉਹ ਬੰਦੇ ਰਾਜੀਨਾਮੇ ਕਰਾਉਂਦੇ ਹੁੰਦੇ ਆ, ਪੁਲਿਸ ਕੋਲ ਤਾਂ ਬੰਦਾ ਬਾਹਰ ਜਾਂਦਾ ਹੁੰਦਾ ਵੀ ਸ਼ਾਇਦ ਇਹ ਬੰਦਾ ਮੋਹਦਵਾਰ, ਇਹ ਬੰਦਾ ਸਾਡਾ ਇੱਥੇ ਬਹਿ ਕੇ ਨਿਪਟਾਰਾ ਕਰਾ ਦੇ।
ਦੇਖੋ ਜੀ ਸਾਡੀ ਜਿਹੜੀ ਪਾਰਟੀ ਉਹ ਤਾਂ ਹੁਣ ਸਾਡੇ ਕੋਲ ਆਏ, ਮੈਂ ਸੰਸਥਾ ਦਾ ਪ੍ਰਧਾਨ ਹੈ ਵਾਲਮੀਕ ਸੰਸਥਾ ਦਾ, ਉਹ ਬੰਦੇ ਨੂੰ ਦੇਖੋ ਭੱਜੇ ਆ, ਉਹ ਬੰਦਿਆਂ ਦੇ ਉੱਤੇ ਤਾਂ ਇਹਨੇ ਉਹ ਰਾਜੀਨਾਮਾ ਕਰਾ ਕੇ ਉਹਨਾਂ ਨੂੰ ਮੁਕਰਾ ਤਾ, ਉਹ ਬੰਦਿਆਂ ਨੂੰ ਦੇ ਆਉਂਦਾ ਵੀ ਉਹਨਾਂ ਦੀ ਰੈਸਟ ਪਾਓ, ਉਹ ਬੰਦੇ ਤਾਂ ਨਹੀਂ ਸਾਹਮਣੇ ਆਉਂਦੇ ਉਹ। ਯਾਨੀ ਕਿ ਪਬਲਿਕ ਨੂੰ ਪਹਿਲਾਂ ਗੁੰਮਰਾਹ ਕੀਤਾ ਜਾਂਦਾ? ਹਾਂਜੀ, ਪਬਲਿਕ ਨੂੰ ਗੁੰਮਰਾਹ ਕੀਤਾ ਜਾਂਦਾ ਵਾ, ਉਹਨੂੰ ਡਰਾਇਆ ਧਮਕਾਇਆ ਜਾਂਦਾ। ਵੇਖੋ ਜਦੋਂ ਜਿਸ ਬੰਦੇ 'ਤੇ ਪਰਚਾ ਦਰਜ ਹੋ ਗਿਆ, ਆਪਾਂ ਇੱਥੇ ਵੀ ਇੱਕ ਆਪਣਾ ਵੀਰ ਨੇ ਪੱਤਰਕਾਰ ਨੇ ਸਵਾਲ ਕੀਤਾ ਹੈ ਵੀ ਰਿਸ਼ਵਤ ਦੇਣਾ ਵੀ ਗੁਨਾਹ ਵਾ ਅਤੇ ਲੈਣਾ ਵੀ ਗੁਨਾਹ। ਵੇਖੋ ਜਿਹੜਾ ਦਿੰਦਾ ਉਹ ਤਾਂ ਫਸਿਆ ਬੰਦਾ ਦਿੰਦਾ ਵੀ ਮੈਨੂੰ ਜੇਲ੍ਹ ਨਾ ਹੋ ਜਾਵੇ, ਮੈਨੂੰ ਪਰੇਸ਼ਾਨੀ ਨਾ ਹੋਵੇ, ਮੇਰਾ ਪਰਿਵਾਰ ਖਰਾਬ ਨਾ ਹੋਵੇ, ਉਹ ਇੱਕ ਫਸਿਆ ਬੰਦਾ ਦਿੰਦਾ। ਕਿਸੇ ਦਾ ਜੀ ਥੋੜ੍ਹਾ ਕਰਦਾ ਵੀ ਕੋਈ ਮੈਂ ਮਿਹਨਤ ਦੀ ਕਮਾਈ ਜਾਂ ਮੈਂ ਵੀ ਕੋਈ ਲੱਖਾਂ ਹਜ਼ਾਰਾਂ ਰੁਪਈਆ ਕਿਸੇ ਬੰਦੇ ਨੂੰ ਦੇ ਦਾਂ ਮੈਂ। ਵੇਖੋ ਜੀ ਸਮਾਜ ਸੇਵਕ ਕਹਿਣ ਨੂੰ, ਵੇਖੋ ਜੀ ਉਹ ਤਾਂ ਤੁਹਾਨੂੰ ਪਤਾ ਹੀ ਹੈ, ਜਿਹੜੇ ਬੰਦੇ ਸਮਾਜ ਸੇਵਕ ਕਹਿੰਦੇ ਐਂਡ ਤਾਂ ਪਤਾ ਲੱਗ ਹੀ ਜਾਂਦਾ ਉਹਨਾਂ ਦਾ ਪੋਲ ਖੁੱਲ ਹੀ ਜਾਂਦਾ ਵੀ ਮੁੜ ਕੇ ਕੀ ਆ ਉਹ। ਕੋਈ ਵੀ ਐਂਡ ਤਾਂ 100 ਦਿਨ ਚੋਰ ਦਾ ਅਤੇ ਇੱਕ ਦਿਨ ਸਾਧ ਦਾ, ਇੱਕ ਦਿਨ ਸਭ ਕੁਝ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੁੰਦਾ। ਬੰਟੀ ਹੈ, ਬੰਟੀ ਸ਼ਰਮਾ, ਅਸੀਂ ਵੀਰਕੇ ਦੇ ਰਹਿਣ ਵਾਲੇ ਹਾਂ। ਅਸੀਂ ਮੈਡਮ ਦਾ ਇੰਨਾ ਵਧੀਆ ਕੰਮ ਦੇਖਿਆ, ਅਸੀਂ ਕਹਿੰਦੇ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਨੂੰ ਏਡੇ ਵਧੀਆ ਆਫੀਸਰ ਮਿਲਿਆ ਕਿ ਜੋ ਨਸ਼ਿਆਂ ਖਿਲਾਫ ਏਡਾ ਵਧੀਆ ਹੀ ਕਰਦੇ ਪਏ ਆ। ਕੁਝ ਹੈਗੇ ਆ ਕਿ ਜੋ ਮੈਡਮ ਦੀ ਬਦਲੀ ਕਰਨਾ, ਚੰਗਾ ਅਫਸਰ ਕੋਈ ਕੰਮ ਕਰੇ ਤੁਹਾਨੂੰ ਪਤਾ ਬਦਲੀ ਤਾਂ ਹੁੰਦੀ ਹੈ, ਕਰਾਉਣਾ ਚਾਹੁੰਦੇ ਆ, ਅਤੇ ਮੈਂ ਨਹੀਂ ਚਾਹੁੰਦਾ ਕਿ ਬਦਲੀ ਹੋਵੇ। ਅਸੀਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਮੈਡਮ ਦੀ ਬਦਲੀ ਨਾ ਹੋਵੇ। ਸਾਨੂੰ ਮਿਲਿਆ ਗਾਂ ਨੂੰ ਕੀ ਪਤਾ ਅਫਸਰ ਚੰਗਾ ਆਵੇ ਨਾ ਆਵੇ, ਪਰ ਜੋ ਮਿਲਿਆ ਅਫਸਰ ਅਸੀਂ ਕਹਿੰਦੇ ਕਿ ਨਸ਼ਿਆਂ ਨੂੰ ਠੱਲ ਪਾਉਣ ਵਾਲਾ ਮਿਲਿਆ। ਸਾਰਾ ਸਾਡੇ ਇਲਾਕਾ ਵਾਸੀ ਇਹੀ ਮੰਗ ਆ ਕਿ ਸਾਡਾ ਵੇਰਕੇ ਨੂੰ ਨਸ਼ਾ ਮੁਕਤ ਕੀਤਾ ਜਾਵੇ, ਅਤੇ ਨਸ਼ਾ ਮੁਕਤ ਸਿਰਫ ਸਾਡੀ ਇਹੀ ਮੈਡਮ ਕਰ ਸਕਦੇ ਨੇ। ਹਾਂਜੀ, ਅਸੱਚੀ ਮੈਡਮ, ਹਾਂਜੀ, ਅਤੇ ਕਾਫੀ ਖਤਮ ਕੀਤੇ ਆ। ਜੇ ਤੁਹਾਨੂੰ ਹੁਣ ਪਿੱਛੇ ਜੀ ਲੜਾਈ ਝਗੜਾ ਚੱਲਣ ਦਿਆ ਸੀ, ਕਿਹੜਾ ਵਧੀਆ ਉਹਨਾਂ ਨੇ ਲੜਾਈ ਵਿੱਚ ਜਾ ਕੇ, ਨਹੀਂ ਤਾਂ ਕੋਈ ਅਫਸਰ ਜਾਂਦਾ ਲੜਾਈਆਂ 'ਚ? ਉਹਨਾਂ ਲੜਾਈ ਜੋ ਆਪਣੀ ਸੱਟ ਸੂਟ ਵੀ ਲਵਾਈ, ਨਹੀਂ ਤਾਂ ਕਈ ਤਾਂ ਦੂਰੋਂ ਹੋ ਕੇ ਦੇਖਦੇ ਆ। ਇੱਕ ਲੇਡੀ ਅਫਸਰ ਇੱਕ ਮਾਣ ਹੋਣਾ ਚਾਹੀਦਾ ਕਿ ਜਿਹੜਾ ਲੜਾਈਆਂ ਵਿੱਚ ਏਡਾ ਵਧੀਆ ਗਏ ਆ ਅਤੇ ਆਪਣੀ ਸੱਟ ਸੂਟ ਲਵਾਈ, ਸਭ ਏਡੀ ਇਮਾਨਦਾਰੀ ਨਾਲ ਜੋਬ ਕਰਦੇ, ਸਾਰੇ ਡਿਊਟੀ ਨਿਭਾਉਂਦੇ ਸਾਰੇ, ਫਿਰ ਵੀ ਉਹਨਾਂ ਨੂੰ ਕੋਈ ਕਵੇ ਕਿ ਉਹ ਗਲਤ ਹੈਗੇ ਆ ਤਾਂ ਮੈਂ ਨਹੀਂ ਸਹੀ ਸਮਝਾਂਗਾ। ਨਸ਼ਾ ਕਾਫੀ ਹੁਣ ਮੇਰੇ ਹਿਸਾਬ ਨਾਲ ਕਾਫੀ ਠੱਲ ਪੈ ਚੁੱਕੀ ਹੈ ਨਸ਼ੇ ਦੇ ਖਿਲਾਫ, ਜੇ ਮੈਡਮ ਇੱਥੇ ਰਹਿ ਜਾਂਦੇ ਆ ਤਾਂ ਮੇਰੇ ਹਿਸਾਬ ਨਾਲ ਕਿ ਨਸ਼ਾ ਮੁਕਤ ਹੋ ਜਾਏਗਾ, ਖਤਮ ਹੋ ਜਾਏਗਾ। ਮੇਰੇ ਹਿਸਾਬ ਨਾਲ ਕਿ ਮੈਡਮ ਕੋਲ ਜੋ ਜਾਂਦਾ ਨਾ, ਮੈਡਮ ਸਭ ਨਾਲ ਸੁਣਦੀ ਹੈ, ਉਹ ਐਸੀ ਗੱਲ ਨਹੀਂ ਕਿ ਕੋਈ ਆਇਆ ਕਿ ਉਹਦੀ ਨਹੀਂ ਸੁਣੀ ਕਿ ਮੈਂ ਉਹਦੀ ਨਹੀਂ ਸੁਣੀ, ਉਹ ਸਭ ਨਹੀਂ ਸੁਣਦੇ ਆ। ਨਸ਼ਿਆਂ ਖਿਲਾਫ ਬਹੁਤ ਜ਼ਿਆਦਾ ਉਪਰਾਲਾ ਹੈ ਉਹਨਾਂ ਦਾ, ਉਹ ਕਹਿੰਦੇ ਮੈਂ ਇੱਕ ਨੀਡਰ ਆਫੀਸਰ ਹੈਗੀ ਉਹ ਮੈਡਮ। ਹਾਂਜੀ ਜੀ, ਅੱਜ ਦਾ ਵਿਸ਼ਾ ਇਹ ਸੀਗਾ ਵੀ ਇੱਕ ਵੀਡੀਓ ਵਾਇਰਲ ਹੋਈ ਆ 3 ਦਿਨ ਤੋਂ, 2-3 ਦਿਨ ਤੋਂ ਅਸੀਂ ਵੀ ਉਹ ਵੀਡੀਓ ਵੇਖੀ ਆ, ਮੈਡਮ ਅਮਨਜੋਤ ਕੌਰ ਵੇਰਕਾ SHO ਦੇ ਖਿਲਾਫ ਵੀ ਉਹ ਮਤਲਬ ਕਿ ਪੈਸੇ ਲੈ ਕੇ ਅਤੇ ਨਸ਼ਾ ਤਸਕਰਾਂ ਨੂੰ ਛੱਡ ਦਿੰਦੇ ਆ। ਇੱਦਾਂ ਦੀ ਸਰ ਕੋਈ ਨਹੀਂ ਹੈ ਵੀਡੀਓ, ਜਦ ਮਤਲਬ ਪਾਈ ਆ ਉਹਨੇ ਤਾਂ ਗਲਤ ਪਾਈ ਆ ਵੀਡੀਓ ਉਹ। ਅਸੀਂ ਸਾਰੇ ਜਿੰਨੀਆਂ ਵੀ ਚਾਰੇ ਪਾਰਟੀਆਂ ਇਕੱਠੀਆਂ ਹੋਈਆਂ, ਆਮ ਆਦਮੀ ਪਾਰਟੀ, BJP ਵੱਲੋਂ ਮੈਂ ਖੜਾ, ਅਤੇ ਅਕਾਲੀ ਦਲ ਵੱਲੋਂ ਬੰਦੇ ਆਏ ਆ, ਅਤੇ ਕਾਂਗਰਸ ਵੱਲੋਂ ਵੀ ਲੀਡਰ ਆਏ, ਮੱਲੀ ਭਾਜੀ ਆਏ, ਸਾਰੇ ਆਏ ਆ। ਉਹ ਸਾਰਿਆਂ ਨੂੰ ਹੀ ਇਹ ਗੱਲ ਦਾ ਪਤਾ ਕਿ ਮੈਡਮ ਸਾਡੇ ਬਹੁਤ ਹੀ ਇਮਾਨਦਾਰ ਆ। 1.5-2 ਮਹੀਨਿਆਂ ਦੇ ਵਿੱਚ ਉਹਨਾਂ ਨੇ ਸਾਡੇ ਇੱਥੇ ਇਲਾਕੇ ਨੂੰ ਠੱਲ ਪਾ ਦਿੱਤੀ ਆ। ਸਾਡੀ ਮੰਗ ਆ ਕਿ ਇੱਕ ਤਾਂ ਮੈਡਮ ਸਾਡੀ ਬਦਲੀ ਨਾ ਜਾਵੇ, CP ਸਾਹਿਬ ਨੂੰ ਬੇਨਤੀ ਆ, ਸਾਡੀ ਸਾਰੇ ਪੂਰੇ ਅਫਸਰਾਂ ਨੂੰ ਬੇਨਤੀ ਆ ਵੀ ਇਹ ਸਾਡੀ ਮੈਡਮ ਬਹੁਤ ਇਮਾਨਦਾਰ ਆ, ਅਤੇ ਉਹਨਾਂ ਨੇ ਇੰਨੀਆਂ ਸੱਟਾਂ ਲੱਗਣ ਦੇ ਬਾਵਜੂਦ ਵੀ ਅੱਜ ਸਾਡੇ ਵੇਰਕੇ ਦੀ ਸੇਵਾ ਕਰ ਰਹੇ। ਅਸੀਂ ਧੰਨਵਾਦ ਹੋਵਾਂਗੇ ਵੀ ਉਹ ਸਾਡੇ ਇਸ ਮੈਡਮ ਜਿਹੜੇ ਆ ਉਹਨਾਂ ਨੂੰ ਮਤਲਬ ਕਿ ਬਦਲਿਆ ਨਾ ਜਾਵੇ, ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਹਾਂ। ਬਾਕੀ ਜਿਹੜਾ ਕੋਈ ਸ਼ਰਾਰਤੀ ਅੰਤਰ, ਜਿੱਦਾਂ ਕਰਨ ਵੇਰਕੇ ਨੇ ਵੀਡੀਓ ਪਾਈ ਆ, ਕਰਨ ਵੇਰਕੇ ਦੀਆਂ ਮੈਂ ਮੀਡੀਆ ਨੂੰ ਦੱਸ ਚੁੱਕਾ ਅੱਗੇ ਵੀ ਉਹ ਤਾਂ ਲੋਕਾਂ ਕੋਲ ਪੈਸੇ ਦੀ ਮੰਗ ਕਰਦਾ, 2 ਪਾਰਟੀਆਂ ਮੈਂ ਤੁਹਾਨੂੰ ਮਿਲਾ ਦਿੰਦਾ ਵਾਂ ਉਹਨਾਂ ਨਾਲ, ਤੁਹਾਡੀ ਗੱਲਬਾਤ ਕਰਾ ਦਿੰਦਾ, ਉਹ ਲਿਖਤੀ ਐਫੀਡੇਵਿਟ ਤੁਹਾਨੂੰ ਦੇਣਗੀਆਂ ਜਿਹਦੇ ਵਿੱਚ ਉਹਨਾਂ ਨੇ ਪੈਸੇ ਲਏ ਆ ਅਤੇ ਗਾਂਹ ਪੈਸੇ ਦੀ ਮੰਗ ਕੀਤੀ ਆ। ਅੱਜ ਦਾ ਇਹ ਵਿਸ਼ਾ।
ਹਾਂਜੀ ਵੀਡੀਓ ਵਾਇਰਲ ਕਰਨ ਵੀਰਕਾ ਨੇ ਕੀਤੀ ਹੈ ਜੀ, ਅਤੇ ਜਿਹੜੀ ਕਰਨ ਵੀਰਕਾ ਦੇ ਆਪਣੇ ਨਾਲ ਮੁੰਡੇ ਆ ਜਿਹੜੇ ਗੁੰਡਾਗਰਦੀ ਵਾਲੇ, ਉਹਨਾਂ ਦੀ ਵੀਡੀਓ ਮੈਂ ਤੁਹਾਨੂੰ ਮੀਡੀਆ ਨੂੰ ਦਿੰਦਾ, ਉਹ ਤੁਸੀਂ ਨਾਲ ਕਲਿੱਪਾਂ ਲਾ ਸਕਦੇ ਜੀ। ਬਿਲਕੁਲ ਪੂਰਾ ਮੌਜੂਦ ਪਰੂਫ ਹੈਗੇ ਮੇਰੇ ਕੋਲ ਜਿਹਦੇ ਵਿੱਚ ਉਹ ਫਾਇਰ ਕਰਦੇ ਆ, ਕਿਹਦੀ ਬੰਦੂਕ ਆ, ਕਿਹਦੀ ਰਫਲ ਆ, ਕਿੱਦਾਂ ਉਹ ਪੈਸੇ ਕਹਿੰਦੇ ਆ, ਉਹ ਮਤਲਬ ਕਿ ਹੁੱਕੇ ਪੀਂਦੇ ਸੂਟੇ ਲਾਉਂਦੇ ਆ, ਨਸ਼ੇ ਕਰਦੇ ਆ, ਉਹ ਸਾਰਾ ਕੁਝ ਕਰਨ ਦੇ ਨਾਲ ਉਹਦੇ ਵੀਡੀਓ ਨਾਲ ਹੈਗੀਆਂ, ਅਤੇ ਮੇਰੇ ਕੋਲ ਫੋਟੋਆਂ ਵੀ ਹੈਗੀਆਂ, ਉਹ ਮੈਂ ਤੁਹਾਨੂੰ ਸੈਂਡ ਕਰ ਦਿੰਦਾ। ਸੋ ਤੁਸੀਂ ਕੀ ਮੰਗ ਕਰਦੇ ਹੋ? ਸਾਡੀ ਮੰਗ ਪ੍ਰਸ਼ਾਸਨ ਕੋਲ ਇਹ ਆ ਵੀ ਇਹਨਾਂ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ, ਗਲਤ ਅੰਸਰ ਆ, ਇਹਨਾਂ 'ਤੇ ਕਾਰਵਾਈ ਕੀਤੀ ਜਾਵੇ, ਠੀਕ ਆ। ਜਿਹੜੇ ਇਹਨਾਂ ਨਾਲ ਪੁਲਿਸ ਮੁਲਾਜ਼ਮ ਰਲੇ ਆ, ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇ। ਇਹ ਚਾਹੁੰਦੇ ਆ, ਦੇਖੋ ਜੀ, ਮੈਂ ਇੱਕ ਪੰਜਾਬੀ ਵਿੱਚ ਇੱਕ ਕਹਾਵਤ ਹੁੰਦੀ ਸੀ ਕਿ ਤੁਹਾਡੇ ਕੋਲ ਆਵਾਂਗੇ ਤਾਂ ਕੀ ਦਿਓਗੇ, ਤੁਸੀਂ ਸਾਡੇ ਕੋਲ ਆਓਗੇ ਤਾਂ ਕੀ ਲਿਆਓਗੇ, ਉਹ ਇਹਦਾ ਮੁੱਦਾ ਵਾ ਵੀ ਸਾਡੇ ਕੋਲ ਆਓਗੇ ਤੁਸੀਂ ਕਿੰਨੇ ਪੈਸੇ ਲੈ ਕੇ ਦੇ ਕੇ ਜਾਓਗੇ, ਆਹ ਮੁੱਦਾ ਵਾ। ਇਹਦਾ ਕੰਮ ਆ ਸਿਰਫ ਪੈਸਾ, ਇਹਨੂੰ ਕਿਸੇ ਬੰਦੇ ਨਾਲ ਕਿਸੇ ਇਨਸਾਨੀਅਤ ਨਾਲ ਨਹੀਂ ਮਤਲਬ, ਇਹਨੂੰ ਸਿਰਫ ਪੈਸੇ ਨਾਲ ਮਤਲਬ ਆ ਵੀ ਪੈਸਾ ਆਉਣਾ ਚਾਹੀਦਾ, ਇਹਨੇ ਦੁਕਾਨ ਪਾ ਲਈ ਆਪਣੀ ਪੈਸੇ ਲੈਣ ਦੇਣ ਦੀ। ਨਾਮ ਮਲਵਿੰਦਰ ਸਿੰਘ ਮੱਲੀ, ਅਸੀਂ ਸਮੁੱਚੇ ਵੇਰਕੇ ਨੂੰ ਇਕੱਠੇ ਹੋਏ ਜੀ ਅੱਜ। ਸਾਨੂੰ ਇਹ ਪਤਾ ਲੱਗਾ ਕਿ ਉਹ ਸ਼ਰਾਰਤੀ ਅੰਸਰਾਂ ਨੇ ਮੈਡਮ ਦੇ ਖਿਲਾਫ਼ ਕੋਈ ਵੀਡੀਓ ਬਣਾ ਕੇ ਪਾਈਆਂ ਆ ਵੀ ਮੈਡਮ ਪੈਸੇ ਲੈ ਕੇ ਜਾਂ ਨਜਾਇਜ਼ ਪਰਚੇ ਕਰਦੇ ਆ। ਅਸੀਂ ਉਹਨਾਂ ਦੇ ਹੱਕ ਵਿੱਚ ਅੱਜ ਇਸ ਕਰਕੇ ਆਏ ਵੀ ਉਹ ਸਾਡੇ ਪਿੰਡ ਲਈ ਬਹੁਤ ਵਧੀਆ, ਜਦੋਂ ਦੇ ਆਏ ਆ ਅਮਨ ਮਾਨ ਆ, ਨਸ਼ੇ ਤਸਕਰਾਂ ਨੂੰ ਅੰਦਰ ਦਿੱਤਾ ਉਹਨਾਂ ਨੇ, ਅਤੇ ਜਿਹੜੇ ਰਹਿੰਦੇ ਉਹ ਛੱਡ ਕੇ ਵੇਰਕਾ ਭੱਜਣ ਡਏ ਆ, ਅਤੇ ਮੈਡਮ ਦੇ ਹੱਕ 'ਚ ਅਸੀਂ ਤਾਂ ਕਰਕੇ ਅੱਜ ਇਹ ਪ੍ਰੈਸ ਕਾਨਫਰੰਸ ਸੱਦੀ ਜੀ। ਬੜਾ ਨਸ਼ਾ ਸੀ ਜੀ, ਹੁਣ ਕੁਛ ਠੱਲ ਬਹੁਤ ਜ਼ਿਆਦਾ ਮਤਲਬ ਪੈ ਗਈ ਆ। ਮੈਡਮ ਨੇ ਜਿਹੜੇ ਵੇਚਣ ਵਾਲੇ ਸੀ ਬੜਿਆਂ ਦੇ ਪਰਚੇ ਕੀਤੇ ਆ, ਭਾਵੇਂ ਉਹ ਮੈਡੀਸਨ ਦਾ ਹੋਵੇ ਅਤੇ ਭਾਵੇਂ ਉਹ ਆਪਣਾ ਚਿੱਟਾ ਵੇਚਣ ਦਾ ਹੋਵੇ, ਭਾਵੇਂ ਕੋਈ ਗੋਲੀ ਵੇਚਦਾ ਹੋਵੇ, ਮੈਡਮ ਨੇ ਬਹੁਤ ਪਰਚੇ ਦਿੱਤੇ। ਉਹ ਸ਼ਰਾਰਤੀ ਅੰਦਰ ਮੈਨੂੰ ਹੁਣੇ ਪਤਾ ਲੱਗਾ ਇਹ ਤਾਂ ਵੇਰਕੇ ਦੇ ਰਹਿਣ ਵਾਲੇ ਜੀ, ਵੀਡੀਓ ਬਾਰੇ ਮੈਨੂੰ ਇੱਛਾ ਆਣ ਕੇ ਪਤਾ ਲੱਗਾ ਵੀ ਵੀਡੀਓ ਵਾਇਰਲ ਹੋਈ ਮੈਡਮ ਦੇ। ਹਾਂ ਇਹਨਾਂ 'ਤੇ ਜੀ ਨਹੀਂ, ਦੇਖੋ ਜੀ ਅਜੇ ਤੱਕ ਤਾਂ ਕੋਈ ਗੱਲਬਾਤ ਦਾ ਨਹੀਂ ਪਤਾ ਲੱਗਾ ਸਾਨੂੰ ਇਹੋ ਜਿਹਾ। ਸਾਨੂੰ ਤਾਂ ਇੰਨਾ ਪਤਾ ਲੱਗਾ ਵੀ ਮੈਡਮ ਨੂੰ ਕੁਛ ਇਨਸਾਨ ਜਿਹੜੇ ਇਹੋ ਜਿਹੇ ਆ ਕਿ ਉਹ ਬਦਲਣਾ ਚਾਹੁੰਦੇ ਆ, ਅਤੇ ਅਸੀਂ ਉਹਦੇ ਫੇਵਰੇ 'ਚ ਆਏ ਹਾਂ ਜੀ। ਐਸ ਐਚ ਓ ਸਾਹਿਬ ਦੇ ਸਾਡੇ ਮਾਨ ਸਾਹਿਬ ਨੇ ਬਹੁਤ ਵਧੀਆ ਅਫਸਰ ਲਾਏ ਅੰਮ੍ਰਿਤਸਰ 'ਚ, ਅਤੇ ਥੱਲੇ ਐਸ ਐਚ ਓ ਸਾਹਿਬ ਅਮਨਜੋਤ ਕੌਰ ਜੀ ਬਹੁਤ ਵਧੀਆ ਲਾਏ ਆ, ਅਤੇ ਜੋ ਕਿ ਕੰਮ ਕਰ ਰਹੇ ਆ ਨਾ ਵੇਰਕੇ 'ਚ ਥੱਲੇ, ਸਾਨੂੰ ਗਰਾਊਂਡ ਲੈਵਲ 'ਤੇ ਲੋਕ ਜਿਹੜੇ ਕਹਿ ਰਹੇ ਆ ਕਿ ਇਹ ਮੈਡਮ ਜਦੋਂ ਦੇ ਆਏ ਨੇ ਇਹਨੇ ਬਹੁਤ ਵਧੀਆ ਕੰਮ ਕਰ ਰਹੇ ਆ, ਅਤੇ ਜੋ ਸਾਨੂੰ ਲੱਗਦਾ ਕਿ ਜੇਕਰ ਕਿਤੇ 2 ਸਾਲ ਰਹਿ ਗਏ ਤਾਂ ਸਾਨੂੰ ਇੰਨਾ ਪਤਾ ਕਿ ਇਹ ਆਉਣ ਵਾਲੀ ਜਨਰੇਸ਼ਨ ਨੂੰ ਬਚਾ ਜਾਣਗੇ। ਅਗਰ ਜੇ ਇਹਨਾਂ ਦੇ ਇਹ ਬਦਲੇ ਜਾਂਦੇ ਆ ਤਾਂ ਸਾਨੂੰ ਲੱਗਦਾ ਕਿ ਵੇਰਕੇ ਦਾ ਨੁਕਸਾਨ ਹੀ ਆ, ਕਿਉਂਕਿ ਅਜੇ ਤੱਕ ਸਾਨੂੰ ਕੋਈ ਐਸ ਐਚ ਓ ਇਹੋ ਜਿਹੀ ਲੱਭੀ ਨਹੀਂ ਆ ਵੀ ਜਿਹੋ ਜਿਹਾ ਇਹ ਕੰਮ ਕਰ ਰਹੇ ਆ। ਦੇਖੋ ਜੀ ਜਿਹੜੇ ਗਲਤ ਬੰਦੇ ਆ, ਜਿਹੜੇ ਕੋਈ ਗਲਤ, ਉਹਨਾਂ ਨੂੰ ਹੁੰਦਾ ਹੀ ਆ ਵੀ ਚੰਗਾ ਅਫਸਰ ਨਾ ਇੱਥੇ ਰਹੇ। ਮੈਂ ਕਹਿੰਦਾ ਜੀ ਅਸੀਂ ਬਿਲਕੁਲ ਮੈਂ ਨਹੀਂ ਮਤਲਬ ਪੂਰਾ ਵੇਰਕਾ ਖੁਸ਼ ਹੈ ਜੀ, ਮੈਂ ਇਹ ਗੱਲ ਦਿਲੋਂ ਕਹਿ ਰਿਹਾ ਵਾਂ। ਮੈਂ ਕਹਿੰਦਾ ਤੁਸੀਂ ਮੀਡੀਆ ਕਿਤੇ ਵੇਰਕੇ 'ਚ ਘੁਮਾ ਕੇ ਵੇਖ ਲਓ ਵੀ ਐਸ ਐਚ ਓ ਦੀ ਕਿੰਨੀ ਤਾਰੀਫ ਕਰ ਰਹੇ ਲੋਕ। ਮੈਨੂੰ ਲੋਕਾਂ ਨੇ ਬਹੁਤ ਹੀ ਧੰਨਵਾਦ ਕੀਤਾ ਵੀ ਤੁਸੀਂ ਇਹ ਜਿਹੜੀ ਐਸ ਐਚ ਓ ਲਵਾਈ ਆ। ਮੈਂ ਮੈਡਮ ਸਾਹਿਬ ਦਾ ਧੰਨਵਾਦ ਕੀਤਾ, ਮੈਂ 3 ਵਾਰੀ ਐਸ ਐਚ ਓ ਐਮ ਐਲ ਏ ਸਾਹਿਬ ਨੂੰ ਕਹਿ ਚੁੱਕਾ ਕਿ ਭੈਣ ਜੀ ਇਹ ਸਾਡੀ ਐਸ ਐਚ ਓ ਨਹੀਂ ਬਦਲੀ ਜਾਏਗੀ, ਠੀਕ ਹੈ। ਕੁਛ ਦੇਰ ਪਹਿਲਾਂ ਦੀ ਗੱਲ ਹੈ ਕਿ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਪੂਰਾ ਮੁਕਾਬਲਾ, ਦੇਖੋ ਜੀ ਕੋਈ ਅੱਜ ਤੱਕ ਹੈ ਕੋਈ ਇਹੋ ਜਿਹਾ ਅਫਸਰ ਜਿਹੜਾ ਕਿ ਉਹ ਲੜਾਈ ਦੇ ਵਿੱਚ ਸਿੱਧਾ ਜਾ ਕੇ ਵੜ ਜਾਏਗਾ? ਮੈਂ ਕਹਿੰਦਾ ਬਹੁਤ ਸਾਨੂੰ ਉਹਨਾਂ ਨੂੰ ਸਲੂਟ ਆ ਸਾਡੇ ਵੱਲੋਂ ਇਹੋ ਜਿਹਾ ਕਿ ਯਾਰ ਇੱਕ ਅਫਸਰ ਹੋ ਕੇ ਸਿੱਧਾ ਇਕੱਲਾ ਹੀ ਲੜਾਈ 'ਚ ਜਾ ਵੜਿਆ, ਯਾਰ ਇਹ ਸੱਚਾਈ ਆ ਕਿ ਉਹ ਇਮਾਨਦਾਰ ਆ, ਬਹੁਤ ਵਧੀਆ ਬੰਦੇ ਆ, ਕੰਮ ਕਰ ਰਹੇ ਆ, ਲੇਕਿਨ ਨਹੀਂ ਕਈਆਂ ਅਨਸਰਾਂ ਨੂੰ ਨਹੀਂ ਚੰਗਾ ਲੱਗਦਾ।
ਸਾਡੀ ਮੰਗ ਇਹੋ ਆ। ਅਸੀਂ ਮੈਂ MLA ਸਾਹਿਬ ਨੂੰ ਵੀ ਬੇਨਤੀ ਕਰ ਚੁੱਕਾ ਵਾਂ ਅਤੇ ਮੈਂ ਫਿਰ ਕੀ ਕਰਾਂਗਾ, ਅਫਸਰਾਂ ਨੂੰ ਵੀ ਕਰਾਂਗਾ, ਅੰਮ੍ਰਿਤਸਰ ਦੇ ਜਿੰਨੇ ਵੀ ਅਫਸਰ ਸਾਡੇ ਲੱਗੇ ਆ, ACP ਸਾਹਿਬ ਜਿੰਨੇ ਵੀ ਆ, ਮੇਰੀ ਹੱਥ ਜੋੜ ਕੇ ਬੇਨਤੀ ਆ, ਮੈਂ ਇੱਥੋਂ ਵਾਰਡ ਦਾ ਇੰਚਾਰਜ ਹਾਂ ਆਮ ਆਦਮੀ ਪਾਰਟੀ ਤੋਂ, ਸਾਡੀ ਇਹ ਅਫਸਰ ਨਹੀਂ ਬਦਲਣੀ ਚਾਹੀਦੀ। ਕੀ ਵਿਸ਼ਵਾਸ ਦਿਵਾਇਆ ਕਿਸ ਤਰ੍ਹਾਂ, ਮਤਲਬ ਮੈਂ ਇਹ ਬਦਲੀ ਨਹੀਂ ਜਾਏਗੀ। ਹਾਂ, ਮੇਰੀ ਕੱਲ੍ਹ ਵੀ ਗੱਲ ਹੋਈ ਆ, ਮੇਰੀ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਗੱਲ ਹੋਈ MLA ਸਾਹਿਬ ਹੋਣਾ ਨਾਲ, ਕਹਿੰਦੇ ਨਹੀਂ ਕੋਈ ਗੱਲ ਨਹੀਂ, ਨਹੀਂ ਇਹ ਇਮਾਨਦਾਰ ਆ, ਸਾਨੂੰ ਵੇਰਕੇ ਤੋਂ ਪੂਰੀ ਖਬਰ ਮਿਲ ਰਹੀ ਆ ਕਿ ਇਹ ਅਮਨਜੋਤ ਕੌਰ ਬਹੁਤ ਵਧੀਆ ਕੰਮ ਕਰ ਰਹੀ ਆ, ਇਹ ਨਹੀਂ ਬਦਲੀ ਜਾਏਗੀ। ਸਾਰਿਆਂ ਨੂੰ ਜੈ ਵਾਲਮੀਕੀ ਜੀ, ਮੈਂ ਕਰਨ ਵੇਰਕਾ ਜੀ, ਪਹਿਲਾਂ ਤਾਂ ਆਮ ਆਦਮੀ ਪਾਰਟੀ ਤੋਂ ਹਲਕਾ ਇੰਚਾਰਜ ਵੀ ਹਾਂ ਜੀ, ਸਪੋਰਟਸਮੈਨ ਤੋਂ, ਨਾਲੇ ਆਪਣੇ ਵਾਲਮੀਕੀ ਤੀਰਾ ਤੋਂ ਸਤਿਗੁਰੂ ਮਲਕੀਰ ਨਾਥ ਜੀ ਦੇ ਚੇਲੇ ਵੀ ਹਾਂ ਜੀ। ਅੱਜ ਜੋ ਮੀਟਿੰਗ ਰੱਖੀ ਗਈ ਆ ਵੇਰਕੇ ਦੇ ਵਿੱਚ, ਜੋ ਨਸ਼ਾ ਬਹੁਤ ਹੋ ਚੁੱਕਾ ਵਾ ਅਤੇ ਗੁੰਡਾਗਰਦੀ ਬਹੁਤ ਜ਼ਿਆਦਾ ਆ, ਖਾਸ ਕਰਕੇ ਜੋ ਵੇਰਕੇ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਆ, ਲੋਕਾਂ ਵੱਲੋਂ ਗੋਲੀਆਂ ਚਲਾਰੀਆਂ ਜਾ ਰਹੀਆਂ ਵਾ, ਬਹੁਤ ਜ਼ਿਆਦਾ ਮਾੜੇ ਹਾਲਾਤ ਆ ਵੇਰਕੇ ਦੇ। SHO ਨੂੰ ਦੱਸਿਆ ਵੀ ਜਾ ਰਿਹਾ ਵਾ, ਪਰ SHO ਵੱਲ ਕੋਈ ਵੀ, SHO ਦਾ ਕੋਈ ਧਿਆਨ ਨਹੀਂ ਆ ਵੇਰਕੇ ਵੱਲ, ਖਾਸ ਕਰਕੇ ਜੋ ਦੋ ਮੁਕੱਦਮੇ ਸੀ ਵੇਰਕੇ ਦੇ ਵਿੱਚ, ਇੱਕ 336 ਲੱਗੀ ਹੋਈ ਆ, ਨਾਲ 379 ਵੀ ਲੱਗੀ ਹੋਈ ਆ, ਉਹ ਪਰਚੇ ਦਰਜ ਹੋਏ ਆ ਪਰ ਅਰੈਸਟਾਂ ਨਹੀਂ ਪੈ ਰਹੀਆਂ। ਖਾਸ ਕਰਕੇ MLA ਜੀਵਨਜੋਤ ਕੌਰ ਜੀ ਦੇ ਆਫਿਸ ਦੇ ਵਿੱਚ ਵੀ ਇਹ ਰਾਜੀਨਾਮਾ ਹੋਇਆ ਸੀ, ਜਿਹੜਾ ਮਤਈ ਸੀ ਆ ਵੀਰ, ਇਹਨੂੰ 50,000 ਰੁਪਈਆ ਵੀ, ਚਲੋ ਜਿਹੜਾ ਇਹਦਾ ਨੁਕਸਾਨ ਹੋਇਆ ਉਹ ਭਰਿਆ ਗਿਆ ਸੀ ਇਹ ਵੀਰ ਨੂੰ, ਪਰ ਉਹਨਾਂ ਵੱਲੋਂ ਇਹਦੀ ਬਹੁਤ ਜ਼ਿਆਦਾ ਬਦਨਾਮੀ ਕੀਤੀ ਗਈ, 50,000 ਰੁਪਈਆ ਦੇ ਕੇ ਇਹਦੇ ਬਾਰੇ ਬਹੁਤ ਇੱਜ਼ਤ ਦੇ ਖਿਲਾਫ ਗਲਤ ਗੱਲਾਂ ਕੀਤੀਆਂ ਗਈਆਂ, ਨਾਲੇ ਧਮਕੀਆਂ ਦਿੱਤੀਆਂ ਗਈਆਂ, ਜੋ ਕਿ ਵੀਰ ਨੇ ਰਾਜੀਨਾਮੇ ਤੋਂ ਨਾ ਕਰਤੀ। ਜੇ SHO ਨੂੰ ਕਿਹਾ ਵਾ ਵੀ ਤੁਹਾਡਾ ਕੋਈ ਰਾਜੀਨਾਮਾ ਨਹੀਂ ਆ, ਅਰੈਸਟਾਂ ਪਾਈਆਂ ਜਾਣ, ਫਿਰ ਵੀ ਕੋਈ ਵੀ ਅਰੈਸਟ ਨਹੀਂ ਪੈ ਰਹੀ, ਖਾਸ ਕਰਕੇ ਜਿਹੜਾ ਦੂਜਾ ਮੁਕੱਦਮਾ ਸੀ ਘਰ ਦੇ ਵਿੱਚ ਆ ਕੇ ਲੋਕਾਂ ਵੱਲੋਂ, ਆ ਭੈਣ ਆ ਸਾਡੀ, ਇਹਨਾਂ ਦੀ ਬੇਟੀ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਇਹਨਾਂ ਦੇ ਘਰ ਆ ਗਈ ਰਾਤ 5:30, ਇਹਨਾਂ ਨੂੰ ਵੱਢ ਟੋਕ ਕੀਤੀ ਗਈ, ਹਥਿਆਰਾਂ ਦੀ ਨੋਕ ਨਾਲ ਇਹਨਾਂ ਨੂੰ ਧਮਕਾਇਆ ਗਿਆ। ਬਕਾਇਦਾ ਵੀਡੀਓ ਮੇਰੇ ਕੋਲ ਆ, ਜਿਹੜੇ 452 ਅਤੇ 2527 ਆਰਮੈਕਟ ਅਤੇ 26 ਲੱਗੀ ਹੋਈ ਆ, ਫਿਰ ਵੀ ਕੋਈ ਅਰੈਸਟ ਨਹੀਂ ਪੈ ਰਹੀ, 1.5 ਮਹੀਨਾ ਹੋ ਚੁੱਕਿਆ। ਫਿਰ ਲੈ ਲਓ ਨਸ਼ੇ ਦੀ ਗੱਲ ਨੂੰ, ਨਸ਼ਾ ਬਹੁਤ ਵੱਧ ਚੁੱਕਿਆ ਵਾ, ਥੋੜ੍ਹੇ ਦਿਨ ਪਹਿਲਾਂ ਹੀ FIR ਨੰਬਰ 51 ਜੋ ਕਿ ਦੋ ਵਿਅਕਤੀ ਫੜੇ ਗਏ ਸੀ, ਇੱਕ ਸੀ ਹਰਮਨ, ਇੱਕ ਅੰਮ੍ਰਿਤਧਾਰੀ ਲੜਕਾ ਸੀ, ਨਾ ਉਹਦੇ ਪਿੱਛੇ NDPS ਦੇ ਪਰਚੇ ਸੀ, ਨਾ ਉਹਦੇ ਪਿੱਛੇ ਕੋਈ ਵੀ ਇਹੋ ਜਿਹਾ ਪਰਚਾ ਨਹੀਂ ਸੀ, ਪਰ ਫਿਰ ਵੀ ਉਹਦੇ ਉੱਤੇ 50 ਗ੍ਰਾਮ ਹੀਰੋਇਨ ਪਾਈ ਗਈ ਅਤੇ ਜਿਹੜਾ ਦੂਜਾ ਨਾਲ ਹਰਮਨ ਸੀ, ਜਿਹਦੇ ਕੋਲ ਬਰਾਮਦ ਹੋਈ, ਉਹਨੂੰ 1,00,000 ਰੁਪਇਆ ਲੈ ਕੇ ਛੱਡ ਦਿੱਤਾ ਗਿਆ। ਵੇਖੋ ਜੀ, ਜੇ ਮੈਂ ਬਦਨਾਮ ਕਰਨਾ ਹੁੰਦਾ, ਵੇਖੋ ਮੇਰੇ ਕੋਲ ਉਹਨਾਂ ਦੇ ਬਾਏ ਪਰੂਫ ਆ, ਪੂਰੇ ਪਰੂਫ ਆ ਮੇਰੇ ਕੋਲ, ਜੇ ਉਹਨਾਂ ਕੋਈ ਪਰੂਫ ਹੈਗਾ ਤੇ ਦੱਸ ਦੇਣ। ਜੇਕਰ ਤੁਹਾਡੇ ਕੋਲ ਪਰੂਫ ਹੈਗੇ ਆ, ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਦੇ ਪਿਓ, ਕਿਉਂਕਿ ਦੂਜੀ ਪਾਰਟੀ ਵੱਲੋਂ ਇਲਜ਼ਾਮ ਲਗਾਏ ਗਏ ਨੇ, ਅੱਜ ਹੀ ਸਾਹਮਣੇ ਆਏ ਮੀਡੀਆ ਦੇ, ਪਹਿਲਾਂ ਕਿਉਂ ਸਾਹਮਣੇ ਆਏ? ਨਹੀਂ ਜੀ, ਇਹ ਭੁਲੇਖਾ ਜੀ, ਮੈਂ ਪਰਸੋਂ ਆਪਣੇ ਮੰਡੇਰ ਸਾਹਿਬ ਨੂੰ ਮਿਲੇ, ਆਪਾਂ ਉਹਨਾਂ ਨੂੰ ਵੀਡੀਓ ਦਿੱਤੀ ਆ, ਫਿਰ ਆਪਾਂ SP ਹਰਪਾਲ ਸਿੰਘ ਜੀ ਨੂੰ ਵੀਡੀਓ ਦਿੱਤੀਆਂ ਵਾ, ਪਰਸੋਂ ਦੀਆਂ ਆਪਾਂ ਵੀਡੀਓ ਦਿੱਤੀਆਂ ਵਾ, ਉਹ ਕਹਿ ਰਹੇ ਜੀ ਡਿਊਟੀ ਚੱਲ ਰਹੀ ਆ, ਇਸ ਕਰਕੇ ਜੀ ਕੋਈ ਨਹੀਂ। ਕਹਿੰਦਾ ਕਿ 10,000 ਤੁਸੀਂ ਲਿੱਤਾ ਵਾ ਪੁਲਿਸ ਦੇ ਨਾਂ ਦੇ ਉੱਤੇ, ਕਹਿੰਦੇ ਕਰਨ ਵੇਰਕਾ ਦੇ ਇਸ਼ਾਰਿਆਂ ਉੱਤੇ ਕੁਝ ਪੁਲਿਸ ਦੇ ਮੁਲਾਜ਼ਮ ਜਿਹੜੇ ਵਾ ਉਹ ਨੱਚਦੇ ਨੇ, ਉਹ ਕੰਮ ਕਰਦੇ ਨੇ, ਕਰਨ ਵੇਰਕਾ ਦੇ ਵੀ ਕਰ ਰਹੀ। ਵੇਖੋ ਜੀ, ਮੈਂ ਜੇ ਉਹਨਾਂ ਨੂੰ ਕਹਿੰਦੇ ਆ ਵੀ ਮੈਂ ਲਏ ਆ, ਅਤੇ ਮੇਰੇ ਕੋਲ ਸਬੂਤ ਲਿਆਉਣ ਮੈਂ ਲਏ ਆ, ਜਿਹੜੀ ਗੱਲ ਆ ਸਬੂਤ ਲਿਆਉਣ, ਮੈਂ ਕਹਿੰਦਾ ਸਬੂਤ ਲਿਆ ਹੁਣ,
ਗੱਲ ਦੱਸਾਂ ਕੀ ਆ, ਵੇਖੋ SHO ਸਾਹਿਬ ਜਿਹੜੀ ਅੱਜ ਕਾਨਫਰੰਸ ਕੀਤੀ ਗਈ, ਉਹਨਾਂ ਦੇ ਫੋਨ ਖਿਲਾਏ ਜਾਣ, ਉਹਨਾਂ ਨੇ ਸਾਈਬਰ ਕ੍ਰਾਈਮ ਕੋਲ ਜਾ ਕੇ ਫੋਨ ਖਿਲਾਏ ਜਾਣ, ਉਹਨਾਂ ਨੇ ਮੈਸੇਜ ਆਪ ਲੋਕਾਂ ਨੂੰ ਕੀਤੇ ਆ SHO ਮਨਜੋਤ ਕੌਰ ਜੀ ਨੇ, ਹਾਂਜੀ ਹਾਂਜੀ ਹਾਂਜੀ, ਪ੍ਰੈਸ ਕਾਨਫਰੰਸ ਆਪਣੇ ਬੰਦੇ ਉੱਥੇ ਖਿਲਾਏ ਗਏ ਆ, ਜਿਹੜੇ ਉਹਨਾਂ ਦੇ ਸਮਝ ਲਓ ਵੀ ਨਸ਼ਾ ਵੇਚਣ ਵਾਲੇ ਥੋੜ੍ਹੇ ਬਹੁਤੇ ਉਹਨਾਂ ਨੂੰ ਚਾਹ ਪਾਣੀ ਦਿੰਦੇ ਆ, ਉਹ ਸਾਰੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਆ ਜੀ। ਵੇਖੋ ਅਸੀਂ ਆ ਗਏ ਹਾਂ ਸੱਚੇ, ਅਤੇ ਵੇਰਕੇ ਦੇ ਵਿੱਚ ਜੇ ਨਸ਼ਾ ਖਤਮ ਕੀਤਾ ਵਾ, ਆਪਣੀ ਜ਼ਰੂਰਤ ਨਾਲ ਕੀਤਾ ਵਾ, ਪਰ ਰੋਕਿਆ ਵੀ ਆ, ਪਰ ਜੋ ਅਮਨਜੋਤ ਕੌਰ ਜੀ ਦੇ ਹੋਣ ਨਾਲ ਨਸ਼ਾ ਹੋਰ ਵੱਧ ਚੁੱਕਿਆ ਵਾ, ਜਿਹੜੇ ਨਸ਼ੇ ਦੇ ਹੈਗੇ ਆਪਣੇ ਸਮਝ ਲਓ ਮਗਰਮੱਛ ਆ, ਉਹ ਫੜੇ ਨਹੀਂ ਜਾ ਰਹੇ, ਜਿਹੜੇ ਵਿਚਾਰੇ ਟੀਕੇ ਟੂਕੇ ਲਾਉਂਦੇ ਆ 57 ਕਰਕੇ ਉਹਨਾਂ ਨੂੰ ਅੰਦਰ, ਕਹਿ ਰਹੇ ਵੀ ਮੈਂ ਨਸ਼ੇ ਨੂੰ ਖਤਮ ਕੀਤਾ, ਦੂਜੇ ਪਾਸੇ ਮੈਂ ਕਿਹਾ ਜਦੋਂ ਦੇ ਆਏ ਆ ਉਸ ਤੋਂ ਬਾਅਦ ਨਸ਼ਾ ਜ਼ਿਆਦਾ ਵੱਧ ਗਿਆ ਜੀ। ਹਾਂਜੀ, ਆਪਾਂ ਨੂੰ ਚਾਹੁੰਦੇ ਕੀ ਆ, ਕੀ ਕਾਰਵਾਈ ਹੋਣੀ ਚਾਹੀਦੀ? ਵੇਖੋ ਜੀ, ਪਹਿਲੀ ਗੱਲ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਵਾ, ਕਿਉਂਕਿ ਜਿਹੜੀ ਵੀਡੀਓ ਮੇਰੇ ਕੋਲ ਉਹਨਾਂ ਨੂੰ ਜਦੋਂ ਦੱਸਿਆ ਗਿਆ ਵਾ, ਹਰਪਾਲ ਸਰ ਨੂੰ ਦੱਸਿਆ ਗਿਆ, ਮੰਡੇਰ ਸਾਹਿਬ ਨੂੰ ਦੱਸਿਆ ਗਿਆ ਵਾ, ਇਹ ਕਿਉਂ ਨਹੀਂ ਇਹਨਾਂ ਨੂੰ ਸਸਪੈਂਡ ਕੀਤਾ ਜਾਣ ਦਿਆ? ਅਸੀਂ ਨਸ਼ੇ ਦੇ ਖਿਲਾਫ ਹਾਂ, ਯੂਥ ਡੇਲੀ ਦਾ ਮਰਨ ਦਿਆ ਵਾ, ਇਹ ਨਸ਼ੇ ਦੇ ਖਿਲਾਫ ਹਾਂ ਅਸੀਂ। ਵੇਰਕੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੋ ਗਿਆ, ਪਰ ਅਮਨਜੋਤ ਦੇ ਸਿਰ ਉੱਤੇ ਕੋਈ, ਉਹ ਵੇਖੋ ਉਹ ਵੇਰਕੇ ਦੇ ਵਾਸੀ ਘੱਟ ਆ, ਅਤੇ ਅਮਨਜੋਤ ਕੌਰ ਜੀ ਦੀ ਉਹਨਾਂ ਦੇ ਸਮਝ ਲਓ ਵਾਸੀ ਜਾਂਦੇ ਆ, ਉਹਨਾਂ ਦੇ ਤੁਸੀਂ ਫੋਨ ਚੈੱਕ ਕਰ ਸਕਦੇ ਆ, ਉਹਨਾਂ ਨੇ ਮੈਸੇਜ ਵੀ ਕੀਤੇ ਆ ਵੀ ਤੁਸੀਂ ਕਾਨਫਰੰਸ ਦੇ ਵਿੱਚ ਜਾਓ ਸਾਈਬਰ ਕ੍ਰਾਈਮ ਨੂੰ। ਤੁਹਾਨੂੰ ਜੀਵਨ ਜੋਤ ਜਿਹੜੀ ਕੌਰ ਨੇ ਉਹਨਾਂ ਨੇ ਤੁਹਾਨੂੰ ਕੱਢ ਦਿੱਤਾ ਹੋਇਆ ਵਾ, ਤੁਹਾਡੀਆਂ ਹਰਕਤਾਂ ਵੇਖ ਕੇ ਉਹ ਕਹਿੰਦੇ? ਵੇਖੋ ਜੀ, ਇਹ ਤਾਂ ਤੁਸੀਂ ਹੁਣ MLA ਸਾਹਿਬ ਨੂੰ ਪੁੱਛ ਸਕਦੇ ਜੀ ਵੀ ਮੈਨੂੰ ਕੱਢਿਆ ਕਿ ਨਹੀਂ ਕੱਢਿਆ, ਇਹੋ ਹੀ ਦੱਸ ਸਕਦੇ। ਵੇਖੋ ਜੀ, ਆਹ ਹੁਣ ਦੀ ਗੱਲ ਆ, ਹੁਣੇ MLA ਦੇ ਸਾਹਿਬ ਦੇ PA ਸਾਹਿਬ ਨਾਲ ਵੀ ਮੇਰੀ ਗੱਲ ਹੋਈ ਆ, ਬਿਲਕੁਲ ਜੀ, ਅਸੀਂ ਤਾਂ ਕਹਿ ਰਹੇ ਅਸੀਂ ਦਫ਼ਤਰ ਗਏ, ਉਹਨਾਂ ਦੀ ਉੱਥੇ ਗੱਲ ਇਹ ਵੀਰ ਨੂੰ, ਹਾਂਜੀ ਇਹਨਾਂ ਨੂੰ ਦਿੱਤਾ ਗਿਆ ਜੀ, ਇਹ ਆਪ ਦੱਸਣਗੇ, ਇਹ ਮੁੰਡਾ ਵਾ ਜੀ, ਇਹਦਾ ਜੋ ਨੁਕਸਾਨ ਹੋਇਆ ਸੀ ਉਹਨੂੰ, ਹਾਂਜੀ ਇਹਨੂੰ ਦਿੱਤਾ ਗਿਆ ਸੀ, ਹਾਂਜੀ ਦੂਜੀ ਤੁਸੀਂ ਦੱਸੋ, ਵੇਖੋ ਜੀ ਮੈਂ ਤਾਂ ਚਲੋ MLA ਸਾਹਿਬ ਨੂੰ ਵੀ ਦੱਸਿਆ ਗਿਆ ਸੀ, ਹੁਣ ਮੈਨੂੰ ਇਹਦੇ ਪਿੱਛੇ ਕੋਈ ਸਮਝ ਨਹੀਂ ਆ ਰਹੀ ਕਿਉਂ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਪਿਛਲੇ ਦਿਨ ਉਹਨਾਂ ਦੀ ਬਦਲੀ ਵੀ ਹੋਈ ਆ, ਪਤਾ ਨਹੀਂ ਕਿਉਂ ਰੋਕ ਲਾ ਦਿੱਤੀ ਗਈ ਆ, ਇਸ ਕਰਕੇ ਤਾਂ ਮੈਨੂੰ ਮੀਡੀਆ ਅੱਗੇ ਆਉਣਾ ਪਿਆ, ਕਿਉਂਕਿ ਤੁਸੀਂ ਵੀਰ ਭਰਾ ਜਿਨ੍ਹਾਂ ਨੇ ਸੱਚਾਈ ਨੂੰ ਅੱਗੇ ਖੜਨਾ,